कोई अपने बेटे नु प्यार भतीजे आसन बनांदा है, कोई अपनी बेटी नु प्यार भतीजे आसन बनांदा है। बनांदे पे किस किस केड़ी मुल्क दा भतीजे आसन बना रहे हैं? भतीजे आसन ते जनेवा जा रहे हैं, यूरोप जा रहे हैं, और भी जिथे मर्जी जा रहे, लेकिन पाकिस्तान नहीं आ रहा। वह मलाला बीबी मलाला जो पाकिस्तान का नाम लै के तो सारी दुनिया च पई अपनी वाहवा करांदी फिर दी है कि मैं पाकिस्तान च गोली खाई ते पढ़ाई की ते ओरे की किया ओरे की ड्रामा सी ते सारी दुनिया च पई घूमदी फिर दी है फिर की आ ते पाकिस्तान नहीं आंदी। ओह हाल नवाज शरीफ का कि सारी दुनिया च पिया बीवी बीवी तो खैर नहीं सोएगी बेटी के औलाद नु लैके या जिन्हू भी लैके फिरदा है लेकिन पाकिस्तान नहीं आता तो वजीर आजम पाकिस्तान का बनिया। अमी देखो जिस हद तक इन्होंने पाकिस्तान का नाम डबो दिता है, बाकी गल्ला छोड़ो, ऐ जो मंगन मंगा नीचे फकीर बन के हां कशकोल जिहड़ा लैके हूं तो इन्होंने इंतहा ही कर दी है। जिस तरह कोई फकीर बैठ ही नहीं जाता किसी दरवाजे कि नहीं कुछ ही दे दो कुछ ही दे दो कुछ ही दे दो। ओ जनेवा कॉन्फ्रेंस होया जी कि कुछ पा दो कुछ पा दो। पहलो वेखन दे मुल्क दी आजादी ने इन्हां नूं किन्ना पैसा देना चाहिदा कदों देना चाहिदा फिर चेक करन दे वेखन दे उन्हें कुछ कीता कि नहीं कीता छो इस मुल्क का पिछा। हां आप ही इथों दी आवाम नु संभाल लेगी। ओ चलेला हो के चंबड़ गए ने ओ वेखा जरदारी काटी जरदारी वे की पे करदा उस मुंडे नु वजीर आजम बनाना चाहंदा। एक मैं ए सोल्यूशन सोचिया सी कि चलो इन्हां लोकां नु किया जाए कि तुहाडे तो सारे केस माफ असीं तुहाडे कोलों कुछ नहीं मंगदे लेकिन तुसीं इस मुल्क नु छड्ड के ते दफा हो जाओ जाओ जिथे पैसे रखे थे ते जाओ उत्थे जाके लाइफ इंजॉय करो ते इस मुल्क नु ना छोड़ दो इस मुल्क नु भूल जाओ। लेकिन अम्मी ए ऐसी कुत्ती नस्ल दे लोक ने ना ऐ ना जे ए वादा करके भी ना फिर जाके ना इस मुल्क दी सियासत दे विच उंगलियां देंदे रहणगे ਦਿੰਦੇ ਰਹਿਣਗੇ। ਇਸ ਵਾਸਤੇ ਹੁਣ ਇਹ ਡਿਸੀਜਨ ਮੇਰਾ ਦਿਮਾਗ ਲੈਂਦਾ ਹੈ ਕਿ ਇਹਨਾਂ ਨੂੰ ਬੰਨ ਲਓ। ਇੱਥੋਂ ਦੀ ਪਾਕਿਸਤਾਨ ਦੀ ਆਵਾਮ ਹੀ ਕੁਝ ਕਰੇਗੀ ਤੇ ਕੁਝ ਹੋਏਗਾ ਨਾ। ਅਮੀ ਕਾਨੂੰਨ ਹੀ ਨਹੀਂ ਉੱਥੋਂ ਦਾ ਕੁਛ ਹੈਗਾ। ਇਹ ਕਿਸ ਤਰ੍ਹਾਂ ਦਾ ਕਾਨੂੰਨ ਹੈ ਕਿ ਉਹ ਜਿਹੜਾ ਮੁਲਜ਼ਮ ਹੈ ਉਹਦੇ ਪਿੱਛੇ ਖੜਾ ਹੋ ਰਿਹਾ ਹੈ ਤੇ ਜਿਹੜਾ ਮੁੱਦਈ ਹੈ ਜਾਂ ਜਿਹੜਾ ਕੋਈ ਵਿਕਟਮ ਹੈ ਉਹ ਉਹਦੇ ਖਿਲਾਫ਼ ਖੜਾ ਹੋ ਰਿਹਾ। ਕਾਨੂੰਨ ਇਹ ਕਾਨੂੰਨ ਕੈਸਾ ਕਾਨੂੰਨ ਹੈ? ਇੱਥੇ ਕੋਈ ਕਾਨੂੰਨ ਕੁਛ ਨਹੀਂ ਕਰ ਸਕਦਾ, ਇੱਥੇ ਕੋਈ ਜੱਜ ਕੁਛ ਨਹੀਂ ਕਰ ਸਕਦੇ, ਇੱਥੇ ਕੋਈ ਫੌਜ ਕੁਛ ਨਹੀਂ ਕਰ ਸਕਦੀ। ਇਸ ਮੁਲਕ ਨੂੰ ਅੱਲਾਹ ਤੋਂ ਬਾਅਦ ਜੇ ਕੋਈ ਬਚਾ ਸਕਦਾ ਤੇ ਉਹ ਇੱਥੋਂ ਦੀ ਆਵਾਮ ਹੈ। ਤੇ ਆਵਾਮ ਤੇ ਆਪ ਹੀ ਇਹਨਾਂ ਗੱਲਾਂ 'ਚ ਲੱਗੀ ਦੀ ਹੈ ਕਿ ਆਟਾ ਕਿੱਥੋਂ ਮਿਲੇਗਾ। ਠੀਕ ਹੈ ਆਟੇ ਤੋਂ ਬਗੈਰ ਜ਼ਿੰਦਗੀ ਨਹੀਂ ਗੁਜ਼ਾਰੀ ਜਾਂਦੀ। ਅੱਜ ਤੋਂ 7-8 ਮਹੀਨੇ ਪਹਿਲੇ ਮੈਂ ਇੱਕ ਵੀਡੀਓ ਪਾਈ ਸੀ ਅੰਮੀ ਜਿਹਦੇ 'ਚ ਮੈਂ ਕਿਹਾ ਸੀ ਕਿ ਆਟੇ ਦਾ ਬੁਹਰਾਨ ਆਉਣ ਵਾਲਾ ਹੈ। ਉਹ ਆਟੇ ਦਾ ਬਹਰਾਨ ਆਉਣ ਵਾਸਤੇ ਇੱਕ ਘਰੇਲੂ ਜਿਹਾ ਮੈਂ ਨੁਸਖਾ ਵੀ ਦੱਸਿਆ ਸੀ ਕਿ ਤੁਸੀਂ ਇਸ ਤਰ੍ਹਾਂ ਕਰੋ ਤਾਂ ਕਿ ਆਟੇ ਦਾ ਥੋੜ੍ਹੀ ਬੱਚਤ ਹੋ ਜਾਏ, ਥੋੜ੍ਹਾ ਘੱਟ ਆਟਾ ਇਸਤੇਮਾਲ ਹੋਏ। ਹਾਂ 100 ਲੋਕਾਂ ਨੇ ਵੀ ਨਹੀਂ ਸਾਡੀ ਉਹ ਵੀਡੀਓ ਤੱਕੀ ਅਤੇ ਅੱਜ ਤੱਕ ਉਹ ਆਟੇ ਦਾ ਬਹਰਾਨ ਕੀ ਬੋਰੀਆਂ ਦੇ ਪਿੱਛੇ ਦੌੜਦੇ ਫਿਰਦੇ ਨੇ ਲੋਕ ਪਏ ਪਾਕਿਸਤਾਨ ਦੇ ਤੱਕ ਕਿ ਦਿਲ ਕੰਬਦਾ ਹੈ। ਕਸਮ ਨਾਲ ਅੰਮੀ ਨਵਾਲਾ ਖਾਣ ਤੇ ਦਿਲ ਨਹੀਂ ਕਰਦਾ ਕਿ ਸਾਡੇ ਮੁਲਕ ਚ ਲੋਕਾਂ ਨੂੰ ਇਹ ਨਵਾਲਾ ਨਸੀਬ ਨਹੀਂ ਤੇ ਅਸੀਂ ਇੱਥੇ ਆਰਾਮ ਨਾਲ ਬੈਠ ਕੇ ਖਾ ਰਹੇ ਹਾਂ। ਫਿਰ ਉਦੋਂ ਦਿਲ ਜਿਹੜਾ ਹੈ ਉਦੋਂ ਕਹਿੰਦਾ ਕਿ ਚਲ ਕੋਈ ਨਹੀਂ, ਉੱਥੋਂ ਦੀ ਆਵਾਮ ਥੋੜ੍ਹਾ ਕੋਈ ਤੇ ਸੋਚਦੀ ਹੈ। ਹਾਂ ਆਟੇ ਦੇ ਪਿੱਛੇ ਖੁਦਾ ਦੇ ਵਾਸਤੇ ਦੌੜਨ ਦੀ ਬਜਾਏ ਇਹਨਾਂ ਸਿਆਸਤਦਾਨਾਂ ਦੇ ਪਿੱਛੇ ਜੇ ਤੁਸੀਂ ਦੌੜੋ ਡੰਡਾ ਲੈ ਕੇ ਤੇ ਤੁਹਾਡਾ ਆਟਾ ਹਮੇਸ਼ਾ ਵਾਸਤੇ ਖੁੱਲ ਜਾਏਗਾ। ਹਾਂ ਉਹ ਅੱਜ ਤੋਂ 7-8 ਮਹੀਨੇ ਪਹਿਲੇ ਉਹ ਇਮਰਾਨ ਖਾਨ ਰੂਸ ਕੋਲੋਂ ਸਸਤਾ ਤੇਲ ਤੇ ਸਸਤੀ ਗੰਦਮ ਵਾਸਤੇ ਗਿਆ ਸੀ ਜਿਹੜਾ ਮਹਿੰਗਾ ਹੋ ਗਿਆ ਸੀ। ਹਾਂ
ਉਹਨਾਂ ਨੇ ਆਖਿਆ ਉਹ ਇੱਥੋਂ ਤੇ ਇਹਨਾਂ ਦੀ ਆਵਾਮ ਨੂੰ ਸਸਤਾ ਤੇਲ ਮਿਲੇਗਾ, ਖੁਸ਼ਹਾਲੀ ਆਏਗੀ, ਇੱਥੋਂ ਦੀ ਆਵਾਮ ਨੂੰ ਸਸਤੀ ਗੰਦਮ ਮਿਲੇਗੀ, ਉਹ ਪੇਟ ਭਰ ਕੇ ਖਾਣਾ ਖਾਣਗੇ, ਤੇ ਜਦੋਂ ਉਹਨਾਂ ਨੇ ਪੇਟ ਭਰ ਲਿਆ, ਖੁਸ਼ਹਾਲੀ ਆ ਗਈ, ਤੇ ਉਹਨਾਂ ਦੇ ਦਿਮਾਗ ਹੋ ਜਾਣਗੇ, ਖੁੱਲ ਜਾਣਗੇ, ਇਹੋ ਹੀ ਤਾਂ ਚਾਹੁੰਦੇ ਨੇ। ਇਸੇ ਵਾਸਤੇ ਤੇ ਅੰਮੀ ਉਹਨਾਂ ਇੰਨੀ ਸਾਰੀ ਜ਼ਕਾਤ ਜਾਂ ਸਦਕਾ ਕਰਕੇ ਤੇ ਜਿਹੜਾ ਦਿੰਦੇ ਨੇ ਬੀਕ, ਉਹ ਇਸ ਵਾਸਤੇ ਪੇ ਦਿੰਦੇ ਨੇ ਕਿ ਆ ਕਿਧਰੇ ਮਰ ਨੇ ਮਰ ਨਾ ਜਾਣ, ਹਾਂ ਮਰਨ ਵੀ ਨਾ ਤੇ ਇਹਨਾਂ ਪੇਟ ਵੀ ਨਾ ਭਰ ਕੇ ਖਾਣ। ਜ਼ਰਦਾਰੀ ਨੂੰ ਤੱਕੋ, ਮੈਂ ਸੁਣਿਆ ਜੇ ਕਿ ਕੁਛ ਵੀ ਖਾ ਨਹੀਂ ਜੇ ਸਕਦਾ, ਜ਼ਰਾ ਸਾਰਾ ਕੋਈ ਥੋੜ੍ਹਾ ਸਾਰਾ ਕੋਈ ਸਾਲਨ, ਕੋਈ ਸਬਜ਼ੀ ਦਾ ਅਤੇ ਕੋਈ ਚਾਰ ਪੰਜ ਦਿਨਾਂ ਵਾਲੇ ਸਿਰਫ ਰੋਟੀ ਦੇ ਕਾਰਨ। ਖੁਦਾ ਦਾ ਖੌਫ ਕਰ, ਜੇ ਜਿਨ ਜਿਸ ਅੱਲਾ ਨੇ ਤੇਰਾ ਇੰਨਾ ਖਾਣਾ ਪੀਣਾ ਬੰਦ ਕਰ ਦਿੱਤਾ, ਉਹਦੇ ਕੋਲੋਂ ਮਾਫ਼ੀ ਮੰਗ, ਉਹਦੀ ਆਵਾਮ ਨੂੰ ਖਾਣਾ ਖਿਲਾ ਤਾਂ ਕਿ ਤੇਰਾ ਵੀ ਖਾਣਾ ਖੁੱਲ੍ਹੇ। ਬਰਾਬਰ ਦੇਖਿਆ 4 ਲੱਖ ਦੀ ਜੁੱਤੀ ਉਹਨੇ ਪਾਈ ਸੀ, ਜਿੰਨੇ ਉਹਦੇ ਬੱਚੇ ਉਹਦੇ ਕੋਲ ਖਲੋਤੇ ਸਨ ਤੇ ਸਭ ਨੰਗੇ ਤੇ ਕਹਿੰਦਾ ਉਹਨਾਂ ਦੇ ਪੈਸੇ ਤੇ ਲੈ ਕੇ ਉਹਨੇ ਪਾਈ ਗਈ ਜੁੱਤੀ, ਕਈਆਂ ਧੀਆਂ ਭੈਣਾਂ ਬੈਠੀ ਦੀਆਂ ਨੇ ਬੇਚਾਰੀਆਂ, ਸਿਰੀ ਚ ਚਾਂਦੀ ਹੋ ਗਈ ਏ, ਹਾਂ ਗੁਰਬਤ ਦੀ ਵਜ੍ਹਾ ਤੋਂ, ਹਾਂ ਇਹਨਾਂ ਦੀਆਂ ਗਲਤ ਸਿਆਸਤਾਂ ਦੀ ਵਜ੍ਹਾ ਤੋਂ। ਨਵਾਜ਼ ਸ਼ਰੀਫ ਨੂੰ ਤੇ ਚਾਹੀਦਾ ਹੈ ਕਿ ਉਹਦੀ ਕੁੜੀ ਐਡੀ ਖੂਬਸੂਰਤ ਜਵਾਨ ਉਹਨੇ ਆਪਣੇ ਆਪ ਨੂੰ ਬਣਾ ਲਿਆ, ਉਹਨੂੰ ਸਿਆਸਤ ਵਿੱਚ ਵਾੜਨ ਦੀ ਬਜਾਏ ਉਹਨੂੰ ਬਾਲੀਵੁੱਡ ਵਿੱਚ ਵਾੜੇ, ਉਹਦੀ ਹੋਰ ਜ਼ਿਆਦਾ ਸ਼ੋਹਰਤ ਹੋਏਗੀ। ਸਿਆਸਤ ਵਿੱਚ ਵੀ ਓਨਾ ਹੀ ਪੈਸਾ ਤੇ ਬਾਲੀਵੁੱਡ ਵਿੱਚ ਵੀ ਓਨਾ ਹੀ ਪੈਸਾ, ਉਹ ਤਲਵਾੜੇ ਇੰਡੀਆ ਵਾਲੇ ਸਿਰ ਅੱਖਾਂ ਤੇ ਰੱਖ ਕੇ ਲੈਣਗੇ ਉਹਨੂੰ।